ਪੈਰਿਸ ਦਾ ਇਤਿਹਾਸਿਕ ਮਿਊਜ਼ੀਅਮ ਹੈ ਜੀ, 15 ਯੂਰੋ ਇਸ ਦੀ ਟਿਕਟ ਆ ਦੇਖਣ ਦੀ। ਬਾਹਰੋਂ ਦੇਖਣਾ ਫ੍ਰੀ ਆ, ਜਿਹੜਾ ਸ਼ੀਸ਼ਾ ਲੱਗਾ ਵਾ ਇਹਦੇ ਅੰਦਰ ਦੇਖਣ ਵਾਸਤੇ ਥੱਲੇ 15 ਯੂਰੋ ਟਿਕਟ ਆ ਜੀ। ਅਤੇ ਅਕਤੂਬਰ ਅਤੇ ਅਪ੍ਰੈਲ ਦੇ ਵਿੱਚ ਮਹੀਨੇ ਦੇ ਪਹਿਲੇ ਐਤਵਾਰ ਨੂੰ ਇਹਦੀ ਐਂਟਰੀ ਆ ਫ੍ਰੀ ਆ, ਉਹਦਾ ਕੋਈ ਪੈਸਾ ਨਹੀਂ ਗਾ। ਸਵੇਰੋਂ 9 ਵਜੇ ਖੁੱਲ੍ਹ ਜਾਂਦਾ ਆ ਅਤੇ ਸ਼ਾਮ ਨੂੰ ਇਹ 6-7 ਵਜੇ ਤਕਰੀਬਨ ਬੰਦ ਹੋ ਜਾਂਦਾ ਆ। ਅਤੇ ਬਹੁਤ ਵਧੀਆ ਮਿਊਜ਼ੀਅਮ ਆ, ਜ਼ਰੂਰ ਦੇਖੋ ਜੇਕਰ ਤੁਸੀਂ ਪੈਰਿਸ ਆਉਂਦੇ ਹੋ। ਜੇਕਰ ਤੁਸੀਂ ਦੇਖਿਆ ਵਾ ਕਿੱਦਾਂ ਦਾ ਲੱਗਿਆ, ਆਪਣੇ ਵਿਚਾਰ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ, ਅਤੇ ਤੁਹਾਨੂੰ ਵੱਖ ਵੱਖ ਚੀਜ਼ਾਂ ਦਿਖਾਈਆਂ ਜਾਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਕਰਿਓ। ਧੰਨਵਾਦ।